ਹਾਂਜੀ ਸਤਿਕਾਰਯੋਗ ਅਧਿਆਪਕ ਸਾਥਿਓ ਅੱਜ ਦੀ ਆਪਣੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਵੀ ਆਪਾਂ 8ਵੀਂ ਜਮਾਤ ਦੇ ਜਿਹੜੇ ਪ੍ਰੈਕਟੀਕਲ ਦੇ ਅੰਕ ਨੇ ਵੱਖ-ਵੱਖ ਵਿਸ਼ਿਆਂ ਦੇ ਉਹ ਪੀਐਸਸੀਬੀ ਸਾਈਟ ਤੇ ਕਿਵੇਂ ਫਿਲ ਕਰਨੇ ਆ ਠੀਕ ਹੈ ਜੀ ਤਾਂ ਜਿਹੜੇ ਪ੍ਰੈਕਟੀਕਲ ਆ ਉਹ ਕੁਝ ਵਿਸ਼ਿਆਂ ਦੇ ਹੋ ਚੁੱਕੇ ਆ ਤੇ ਕੁਝ ਦੇ ਰਹਿੰਦੇ ਆ ਮਤਲਬ ਹੋ ਜਾਣੇ ਆ ਬਹੁਤ ਜਲਦ ਤਾਂ ਸਾਰੇ ਨਹੀਂ ਆਪਾਂ ਨੇ ਪੀਐਸਸੀਬੀ ਸਾਈਟ ਤੇ ਜਿਹੜੇ ਅੰਕ ਆ ਉਹ ਫਿਲ ਕਰਨੇ ਆ ਕਿਵੇਂ ਫਿਲ ਕਰਨੇ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਤਾਂ ਬੜੇ ਧਿਆਨ ਨਾਲ ਆਪ ਜੀ ਨੇ ਇਸ ਵੀਡੀਓ ਨੂੰ ਦੇਖਣਾ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ Google ਤੇ PSCB ਸਾਈਟ ਆ ਜਿਹੜੀ ਹੋਪਨ ਕਰਾਂਗੇ ਤਾਂ ਇਹਦੇ ਵਿੱਚ ਅਸੀਂ ਪ੍ਰਾਇਮਰੀ ਅਤੇ ਮਿਡਲ ਸਕੂਲ ਲੌਗਇਨ ਆ ਜਿਹੜਾ ਉਹ ਓਪਨ ਕਰ ਲਾਂਗੇ ਪ੍ਰਾਇਮਰੀ ਐਂਡ ਮਿਡਲ ਸਕੂਲ ਲੌਗਇਨ ਠੀਕ ਹੈ ਇਹ ਆਪਣੇ ਕੋਲੇ ਬਣਿਆ ਹੋਇਆ ਹੈ ਸੈਸ਼ਨ 2021-22 ਇਸ ਤੇ ਅਸੀਂ ਕਲਿੱਕ ਕਰਾਂਗੇ ਤੇ ਇੱਥੇ ਸਾਡਾ ਯੂਜ਼ਰ ਨੇਮ ਤੇ ਪਾਸਵਰਡ ਮੰਗੇਗਾ ਇਹ ਸਕੂਲ ਦਾ ਯੂਜ਼ਰ ਨੇਮ ਅਤੇ ਪਾਸਵਰਡ ਹੈ ਜਿਹੜਾ ਕਿ ਤੁਹਾਨੂੰ ਪਤਾ ਹੋਵੇਗਾ ਇਹ ਤੁਸੀਂ ਇੱਥੇ ਫਿਲ ਕਰ ਦੋਗੇ ਯੂਜ਼ਰ ਨੇਮ ਐਂਡ ਪਾਸਵਰਡ ਸੈਸ਼ਨ 2021-22 ਲੌਗਇਨ ਬਾ ਲੌਗਇਨ ਤੇ ਕਲਿੱਕ ਕਰਾਂਗੇ ਤਾਂ ਆਪਣੇ ਕੋਲੇ ਇਹ ਫਰੇਮ ਆ ਜਿਹੜਾ ਖੁੱਲ ਜਾਣਾ ਤਾਂ ਅਸੀਂ ਇੱਥੇ ਕਲਿੱਕ ਕਰਾਂਗੇ ਵੀ ਜਿਹੜਾ ਸਾਡੇ ਕੋਲੇ ਇਹ ਬਣਿਆ ਹੋਇਆ ਹੈ ਠੀਕ ਹੈ ਤਿੰਨ ਲਾਈਨਾਂ ਬਣੀ ਹੋਈਆਂ ਇਸ ਤੇ ਕਲਿੱਕ ਕਰਾਂਗੇ ਇਥੇ ਖੋਲ੍ਹਾਂਗੇ ਐਗਜ਼ਾਮੀਨੇਸ਼ਨ ਪੋਰਟਲ ਐਗਜ਼ਾਮੀਨੇਸ਼ਨ ਪੋਰਟਲ ਦੇ ਵਿੱਚ ਸਾਡੇ ਕੋਲੇ ਪਹਿਲਾ ਹੀ ਕਾਲਮ ਜਿਹੜਾ ਬਣਿਆ ਹੋਇਆ ਉਹ ਬਣਿਆ ਹੋਇਆ ਮਾਰਕਸ ਇੰਟਰੀ ਆਫ ਪ੍ਰੈਕਟੀਕਲ ਠੀਕ ਹੈ ਮਾਰਕਸ ਇੰਟਰੀ ਆਫ ਪ੍ਰੈਕਟੀਕਲ ਆ ਜਿਹੜਾ ਇਹ ਕਾਲਮ ਸਾਡੇ ਕੋਲੇ ਬਣਿਆ ਹੋਇਆ ਇਸ ਤੇ ਅਸੀਂ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਾਂਗੇ ਸਾਡੇ ਕੋਲੇ ਪ੍ਰੈਕਟੀਕਲ ਐਗਜ਼ਾਮ ਮਾਰਕਸ ਇੰਟਰੀ ਆ ਜਾਏਗਾ ਜਿਹੜੀ ਸਾਡੇ ਕੋਲੇ ਇਹ ਵਾਲਾ ਬਣਿਆ ਹੋਇਆ ਸੀ ਇਸ ਤੇ ਕਲਿੱਕ ਕਰਾਂਗੇ ਪ੍ਰੈਕਟੀਕਲ ਐਗਜ਼ਾਮ ਮਾਰਕਸ ਇੰਟਰੀ ਮਾਰਚ 2022 ਟਰਮ 2 ਤਾਂ ਇਸ ਤੇ ਅਸੀਂ ਕਲਿੱਕ ਕਰਾਂਗੇ ਉਸ ਤੋਂ ਬਾਅਦ ਇਹ ਹਦਾਇਤਾਂ ਨੇ ਪੜ ਸਕਦੇ ਹੋ ਤੁਸੀਂ ਜੇ ਪੜਨੇ ਆ ਉਸ ਤੋਂ ਬਾਅਦ ਅਸੀਂ ਸਬਮਿਟ ਕਰ ਦਾਂਗੇ ਸਬਮਿਟ ਤੋਂ ਬਾਅਦ ਤੁਹਾਡੇ ਕੋਲ ਇਹ ਫਰੇਮ ਖੁੱਲੇਗਾ ਦੇਖੋ ਇੱਥੇ ਸ਼ੋਅ ਕਰ ਰੱਖਿਆ ਵੀ ਰਿਕਾਰਡ ਨਾਟ ਫਾਊਂਡ ਠੀਕ ਹੈ ਰਿਕਾਰਡ ਨਾਟ ਫਾਊਂਡ ਕਿਉਂ ਕਿ ਜਿਹੜੀ ਅਸੀਂ ਸਿਲੇਕਟ ਕਲਾਸ ਆ ਉਸ ਤੇ ਪ੍ਰਾਇਮਰੀ ਲਿਖਿਆ ਹੋਇਆ ਠੀਕ ਹੈ ਤਾਂ ਇਸ ਨੂੰ ਅਸੀਂ ਚੇਂਜ ਕਰ ਲਾਂਗੇ ਦੇਖੋ ਇੱਥੇ ਅਸੀਂ ਮਿਡਲ ਕਰ ਲਾਂਗੇ ਠੀਕ ਹੈ ਸਰਚ ਕਰਾਂਗੇ ਮਿਡਲ ਭਰ ਕੇ ਤਾਂ ਇਹ 1 ਕੁ ਦ ਮਿੰਟ ਦਾ ਸਮਾਂ ਲੈ ਸਕਦਾਗਾ ਜਿਹੜਾ ਇਸ ਤੋਂ ਬਾਅਦ ਫਰੇਮ ਆਉਣਾ ਉਹਦੇ ਵਿੱਚ ਸਾਰੇ ਆਪਣੇ ਐਗਜ਼ਾਮ ਜਿਹੜੇ ਵਿਸ਼ੇ ਆ ਉਹ ਆ ਜਾਣਗੇ ਦੇਖੋ ਜਿਵੇਂ ਇੱਥੇ ਲਾਸਟ ਡੇਟ ਵੀ ਤੁਹਾਨੂੰ ਸ਼ੋ ਹੋ ਰਹੀ ਹੈ 12 5 ਇੱਥੇ ਮੀਡਲ ਦੇ ਵਿੱਚ ਸਬਜੈਕਟ ਕੋਡ ਵਿਸ਼ਾ ਦੇਖੋ ਇੰਗਲਿਸ਼ ਮੈਥਮੈਟਿਕਸ ਸਾਇੰਸ ਕੰਪਿਊਟਰ ਸਾਇੰਸ ਸਲਥੰਡ ਫਿਜ਼ੀਕਲ ਐਜੂਕੇਸ਼ਨ ਐਂਡ ਵੈਲਕਮ ਲਾਈਫ ਸਾਰੇ ਅਗੇ ਟੋਟਲ ਕੈਂਡੀਡੇਟ ਤੁਹਾਡੇ ਕਿੰਨੇ ਨੇ ਠੀਕ ਹੈ ਸਬਮਿਸ਼ਨ ਕਿੰਨੇ ਦੀ ਪੈਂਡਿੰਗ ਆ ਸਾਰਾ ਸ਼ੋਅ ਕਰ ਰਿਹਾ ਉਸ ਤੋਂ ਬਾਅਦ ਲਾਸਟ ਦੇ ਵਿੱਚ ਕਾਲਮ ਬਣਿਆ ਚੂਜ਼ ਐਕਸ਼ਨ ਠੀਕ ਹੈ ਜਿਵੇਂ ਤੁਸੀਂ ਆਪਣੇ ਕਿਸੇ ਵੀ ਵਿਸ਼ੇ ਦੇ ਅੰਕ ਆ ਜਿਹੜੇ ਭਰਨੇ ਆ ਤੁਸੀਂ ਚੂਜ਼ ਐਕਸ਼ਨ ਤੇ ਕਲਿੱਕ ਕਰੋਗੇ ਇੱਥੇ ਕੋਲ ਤੁਹਾਡੇ ਕੋਲ ਤਿੰਨ ਨੇ ਵਿਊ ਲਿਸਟ ਲਿਸਟ ਦੇਖ ਸਕਦੇ ਤੁਸੀਂ ਸਾਰੇ ਕੈਂਡੀਡੇਟਸ ਦੀ ਨੈਕਸਟ ਹੈ ਐਂਟਰ ਮਾਰਕਸ ਠੀਕ ਹੈ ਤੀਸਰੀ ਡਾਫ ਤਾਂ ਸੀ ਐਂਟਰ ਮਾਰਕਸ ਤੇ ਕਲਿੱਕ ਕਰਾਂਗੇ ਇਹ ਵੀ ਆਪਣੇ ਕੋਲ 1-2 ਮਿੰਟ ਦਾ ਸਮਾਂ ਲੈ ਸਕਦਾ ਹੈ ਇਹ ਸਾਈਟ ਵਿਜ਼ੀ ਹੋਣ ਕਰਕੇ ਇਹਨਾਂ ਸਮਾਂ ਲੈ ਸਕਦਾ ਵੀ ਅਗੇ ਲਿਸਟ ਆਫ ਕੈਂਡੀਡੇਟ ਫਾਰ ਪ੍ਰੈਕਟੀਕਲ ਐਗਜ਼ਾਮ ਤਾਂ ਦੇਖੋ ਇੱਥੇ ਸਾਰੇ ਤੁਹਾਡੇ ਜਿਹੜੇ ਬੱਚੇ ਨੇ ਉਹ ਸ਼ੋ ਹੋ ਰਹੇ ਨੇ ਇੱਥੇ ਹੈ ਮਾਰਕਸ ਪਹਿਲਾ ਕੈਂਡੀਡੇਟ ਹੈ ਅਸੀਂ ਫਿਲ ਕਰਨੇ ਹੈ ਇੱਥੇ ਉਹਦੇ ਅੰਕ ਪਹਿਲੇ ਚ ਇੱਥੇ ਸਿਲੈਕਟ ਡੇਟ ਡੇਟ ਕਿਹੜੀ ਸਿਲੈਕਟ ਕਰਨੀ ਹੈ ਜਿਸ ਡੇਟ ਨੂੰ ਤੁਸੀਂ ਪ੍ਰੈਕਟੀਕਲ ਲਿਆ ਹੈ ਠੀਕ ਹੈ ਤਾਂ ਕਿਹੜੀ ਡੇਟ ਨੂੰ ਤੁਸੀਂ ਪ੍ਰੈਕਟੀਕਲ ਲਿਆ ਉਹ ਡੇਟ ਤੁਸੀਂ ਫਿਲ ਕਰ ਦੋਗੇ ਠੀਕ ਹੈ ਇੱਥੇ ਜਿਹੜਾ ਖਾਨਾਗਾ ਬਣਿਆ ਹੋਇਆ ਇਸ ਦੇ ਵਿੱਚ ਵੀ ਤੁਸੀਂ ਟਿਕ ਲਾਉਣਾ ਹੈ ਠੀਕ ਹੈ ਜਿਵੇਂ ਤੁਸੀਂ ਇੱਥੋਂ ਕੋਈ ਵੀ ਡੇਟ ਹੈ ਜਿਹੜੀ ਫਿਲ ਕਰ ਸਕਦੇ ਹੋ ਠੀਕ ਹੈ ਮੰਨ ਲਓ ਤੁਸੀਂ 29 ਤਰੀਕ ਨੂੰ ਪ੍ਰੈਕਟੀਕਲ ਲਿਆ 29/4/2022 ਮਾਰਕਸ ਪਰ ਦੋ ਜਿੰਨੇ ਵੀ ਤੁਸੀਂ ਕਿੰਨੇ ਦੇ ਲਾਏ ਨੇ 8 ਲਾਏ ਆ ਮੰਨ ਲਓ ਤਾਂ ਇੱਥੇ ਤੁਸੀਂ ਟਿਕ ਕਰੋਗੇ ਠੀਕ ਹੈ ਜਿਹੜਾ ਆਪਣੇ ਕੋਲ ਖਾਣਾ ਬਣਿਆ ਹੋਇਆ ਇੱਥੇ ਅਸੀਂ ਕੀ ਕਰਨਾਗੇ ਟਿਕ ਠੀਕ ਹੈ ਐਵੇਂ ਟਿਕ ਕਰੂੰਗੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੱਲੇ ਕੱਲੇ ਦੇ ਅੰਕਾ ਜਿਹੜੇ ਉਹ ਪ੍ਰੈਕਟੀਕਲ ਡੇਟ ਮਾਰਕਸ ਪਰ ਕੇ ਟਿਕ ਕਰ ਸਕਦੇ ਹੋ ਟਿਕ ਕਰਦੇ ਜਾਉਗੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਤੁਸੀਂ ਕਰਨਾ ਵੀ ਐਡ ਰਿਕਾਰਡਸ ਟੂ ਫਾਈਨਲ ਸਬਮਿਟ ਠੀਕ ਹੈ ਇਹ ਕੱਲੇ ਕੱਲੇ ਪੇਜ ਲਈ ਕਰਨਾ ਕਈ ਵਾਰੀ ਆਪਣੇ ਬੱਚੇ ਆ ਜਿਹੜੇ ਉਹ ਜ਼ਿਆਦਾ ਪੇਜਾਂ ਤੇ ਹੁੰਦੇ ਆ ਅਸੀਂ ਸਾਰਿਆਂ ਨੇ ਭਰ ਕੇ ਸੋਚਦੇ ਆ ਵੀ ਐਂਡ ਤੇ ਕਰਾਂਗੇ ਵੀ ਐਡ ਰਿਕਾਰਡਸ ਟੂ ਫਾਈਨਲ ਸਬਮਿਟ ਵੀ ਇਸ ਰਿਕਾਰਡ ਨੂੰ ਅਸੀਂ ਫਾਈਨਲ ਸਬਮਿਟ ਲਈ ਐਡ ਕਰ ਰਹੇ ਹਾਂ ਤੁਸੀਂ ਜਿਹੜੇ ਪੇਜ ਤੇ ਵੀ ਜਿੰਨੇ ਬੱਚਿਆਂ ਦੇ ਅੰਕ ਆ ਜਿਹੜੇ ਉਹ ਐਂਟਰ ਕਰਤੇ ਭਰਤੇ ਉਸ ਨੂੰ ਉਸੇ ਪੇਜ ਤੇ ਹੀ ਕਰਨਾ ਐਡ ਰਿਕਾਰਡਸ ਟੂ ਫਾਈਨਲ ਸਬਮਿਟ ਜਿੰਨੇ ਵੀ ਤੁਹਾਡੇ ਪੇਜ ਨੇ ਮੰਨ ਲਓ ਤੁਹਾਡੇ ਤਿੰਨ ਪੇਜ ਨੇ ਤਾਂ ਤਿੰਨੋਂ ਪੇਜਾਂ ਤੇ ਕੱਲੇ-ਕੱਲੇ ਪੇਜ ਤੇ ਤੁਸੀਂ ਸਾਰੇ ਬੱਚਿਆਂ ਦੇ ਮਾਰਕਸ ਭਰੋਗੇ ਉਹਦੀ ਪ੍ਰੈਕਟੀਕਲ ਡੇਟ ਭਰੋਗੇ ਤੇ ਜਿਹੜਾ ਖਾਨਾ ਜਾ ਉਹਦੇ ਵਿੱਚ ਟਿਕ ਲਗਾਉਗੇ ਸਹੀ ਦਾ ਠੀਕ ਹੈ ਟਿਕ ਲਗਾ ਕੇ ਉਸ ਤੋਂ ਬਾਅਦ ਤੁਸੀਂ ਇੱਥੇ ਕਲਿੱਕ ਕਰਨਾ ਐਡ ਰਿਕਾਰਡਸ ਟੂ ਫਾਈਨਲ ਸਬਮਿਟ ਠੀਕ ਹੈ ਤਾਂ ਸਾਰੇ ਰਿਕਾਰਡ ਆ ਤੁਹਾਡੇ ਫਾਈਨਲ ਸਬਮਿਟ ਦੇ ਵਿੱਚ ਚਲੇ ਜਾਣਗੇ ਫਾਈਨਲ ਸਬਮਿਟ ਨਹੀਂ ਹੋਊਗਾ ਪਰ ਜਿਹੜੇ ਰਿਕਾਰਡ ਆ ਤੁਹਾਡਾ ਫਾਈਨਲ ਸਬਮਿਟ ਦੇ ਵਿੱਚ ਚਲਾ ਜਾਏਗਾ ਠੀਕ ਹੈ ਉਸ ਤੋਂ ਬਾਅਦ ਵੀ ਤੁਸੀਂ ਰਿਮੂਵ ਵੀ ਕਰ ਸਕਦੇ ਹੋ ਜੇ ਕਿਸੇ ਬੱਚੇ ਦੇ ਚੇਂਜ ਕਰਨੇ ਆ ਤੁਸੀਂ ਉਸ ਨੂੰ ਰਿਮੂਵ ਵੀ ਕਰ ਸਕਦੇ ਹੋ ਕਲੀਅਰ ਤਾਂ ਇਹ ਕੱਲੇ-ਕੱਲੇ ਪੇਜ ਤੇ ਅਸੀਂ ਮਾਰਕਸ ਐਂਟਰ ਕਰਕੇ ਉਹਨਾਂ ਦੇ ਅੰਕ ਭਰ ਕੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਐਡ ਰਿਕਾਰਡਸ ਟੂ ਫਾਈਨਲ ਸਬਮਿਟ ਹਰੇਕ ਪੇਜ ਤੇ ਅਸੀਂ ਇਹੀ ਕਰਨਾ ਹੈ ਠੀਕ ਹੈ ਤਾਂ ਅਸੀਂ ਐਂ ਕਰਾਂਗੇ ਠੀਕ ਹੈ ਸਾਰੇ ਕੇਸਸ ਲਈ ਤੁਸੀਂ ਐਵੇਂ ਹੀ ਕਰਨਾ ਹੈ ਕਲੀਅਰ ਤਾਂ ਸਾਰੇ ਭਰ ਦੋਗੇ ਉਸ ਤੋਂ ਬਾਅਦ ਮੰਨ ਲਓ ਤੁਸੀਂ ਭਰਤੇ ਤਾਂ ਉਹ ਕਿੱਥੇ ਚਲੇ ਜਾਣਗੇ ਉਸ ਲਈ ਤੁਹਾਡੇ ਕੋਲ ਇੱਕ ਆਪਸ਼ਨ ਉੱਪਰ ਬਣ ਜੇਗੀ ਵੀ view added records to final submit ਜਿਹੜੇ ਤੁਸੀਂ ਰਿਕਾਰਡ ਐਡਡ ਕੀਤੇ ਨੇ ਐਡ ਕੀਤੇ ਨੇ ਉਸ ਨੂੰ view ਕਰੋ ਦੇਖੋ ਤਾਂ ਅਸੀਂ ਇੱਥੇ ਦੇਖ ਸਕਦੇ ਹਾਂ ਤਾਂ ਇਸ ਤੇ ਕਲਿੱਕ ਕਰਾਂਗੇ ਅਸੀਂ ਉੱਪਰ ਵਾਲੇ ਤੇ ਇੱਥੇ ਸਾਡੇ ਕੋਲ ਸਾਰੇ ਜਿਹੜੇ ਬੱਚੇ ਨੇ ਜਿਨ੍ਹਾਂ ਦੇ ਬੱਚਿਆਂ ਦੇ ਅਸੀਂ ਮਾਰਕਸ ਭਰੇ ਨੇ ਉਹ ਆ ਜਾਣਗੇ ਦੇਖੋ ਇਹਨਾਂ ਦੇ ਜਿਹੜੇ ਅੰਕ ਭਰੇ ਹੋਏ ਨੇ ਦੇਖੋ 9 9 ਪ੍ਰੈਕਟੀਕਲ ਡੇਟ ਸਾਰੇ ਇਸ ਤੋਂ ਬਾਅਦ ਜਿਹੜਾ ਆਹ ਵਾਲਾ ਆਪਸ਼ਨ ਹੈ ਇੱਥੇ ਜਿਹੜੀ ਟਿੱਕ ਲਾਉਣੀ ਹੈ ਲਾਸਟ ਵਾਲੇ ਕਾਲਮ 'ਚ ਇਹ ਉਹ ਦੋ ਲਾਉਣੀ ਹੈ ਵੀ ਜਦੋਂ ਅਸੀਂ ਫਾਈਨਲ ਸਬਮਿਟ ਕਰਨਾ ਹੈ ਜਦੋਂ ਅਸੀਂ ਸਾਰੇ ਸਿਲੈਕਟ ਕਰਨੇ ਆ ਤਾਂ ਅਸੀਂ ਇਹ ਉੱਪਰ ਵਾਲੇ 'ਚ ਹੀ ਲਾ ਦਾਂਗੇ ਟਿੱਕ ਤਾਂ ਇੱਥੋਂ ਸਾਰੇ ਸਿਲੈਕਟ ਹੋ ਜਾਣਗੇ ਠੀਕ ਹੈ ਤਾਂ ਸਾਰੇ ਬੱਚੇ ਆ ਜਾਣਗੇ ਜਿਨ੍ਹਾਂ ਦੇ ਨੰਬਰ ਇੱਥੇ ਭਰੇ ਹੋਏ ਨੇ ਠੀਕ ਹੈ ਇੱਥੋਂ ਮੰਨ ਲਓ ਤੁਸੀਂ ਕਿਸੇ ਦੇ ਨੰਬਰ ਵਧਾਉਣੇ ਘਟਾਉਣੇ ਆ ਤਾਂ ਉਸ ਤੇ ਟਿਕ ਕਰਕੇ ਉਸ ਦੇ ਸੰਬੰਧਿਤ ਕਾਲਮ ਤੇ ਤੁਸੀਂ ਟਿਕ ਕਰਕੇ ਮੰਨ ਲਓ ਇਸ ਤੇ ਘਟਾਉਣੇ ਆ ਤਾਂ ਇਸ ਤੇ ਟਿਕ ਕਰਕੇ ਉਸ ਨੂੰ ਰਿਮੂਵ ਕਰ ਲਓ ਰਿਮੂਵ ਸਿਲੇਕਟਡ ਰਿਕਾਰਡਸ ਤਾਂ ਉਹ ਦੁਬਾਰਾ ਉੱਥੇ ਚਲਾ ਜਾਏਗਾ ਜਿੱਥੇ ਆਪਾਂ ਅੰਕ ਭਰ ਰਹੇ ਸੀ ਤਾਂ ਉੱਥੋਂ ਤੁਸੀਂ ਉਸ ਦੇ ਅੰਕ ਆ ਜਿਹੜੇ ਉਹ ਦੁਬਾਰਾ ਚੇਂਜ ਕਰ ਸਕਦੇ ਹੋ ਕਲੀਅਰ ਉਸ ਤੋਂ ਬਾਅਦ ਜਿਹੜੇ ਤੁਸੀਂ ਭਰੇ ਨੇ ਵੀ ਉਹਨਾਂ ਦੀ ਰਫ ਰਿਪੋਰਟ ਤੁਸੀਂ ਇੱਥੋਂ ਕਲਿੱਕ ਕਰਕੇ ਵੀ ਵੇਖ ਸਕਦੇ ਹੋ ਵੀ ਕਿੰਨੇ ਕਿੰਨੇ ਨੰਬਰ ਆਏ ਆ ਪ੍ਰਿੰਟ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਜਦੋਂ ਤੁਸੀਂ ਸਾਰਿਆਂ ਦੇ ਭਰਲੇ ਅੰਕ ਰਾਪੋਰਟ ਵੀ ਦੇਖ ਲਈ ਬਿਲਕੁਲ ਸਹੀ ਹੈ ਦੋਸਤੋ ਤੁਸੀਂ ਇੱਥੋਂ ਫਾਈਨਲ ਸਬਮਿਟ ਕਰ ਸਕਦੇ ਹੋ ਫਾਈਨਲ ਸਬਮਿਟ ਤੋਂ ਬਾਅਦ ਫਾਈਨਲ ਸਬਮਿਟ ਪ੍ਰਿੰਟ ਨਿਕਲੂਗਾ ਜਿਹੜਾ ਕਿ ਤੁਸੀਂ ਰਿਕਾਰਡ ਦੇ ਵਿੱਚ ਰੱਖਣਾ ਹੈ ਠੀਕ ਹੈ ਜੀ ਤਾਂ ਇਹ ਸੀ ਆਪਣੀ ਵੀਡੀਓ ਜਿਹੜੀ ਕਿ ਆਪਣੀ ਸੰਬੰਧਤ ਸੀਗੀ 8ਵੀਂ ਜਮਾਤ ਦੇ ਪ੍ਰੈਕਟੀਕਲ ਦੇ ਜਿਹੜੇ ਵਿਸ਼ੇ ਦੇ ਅੰਕ ਨੇ ਉਹ ਕਿਵੇਂ ਆਪਾਂ ਐਡ ਕਰਨੇ ਆ ਭਰਨੇ ਹਾਂਜੀ ਥੈਂਕ ਯੂ ਜੀ